की लक्कड़ मंडी में सिलाई मशीन एसोसिएशन द्वारा कांग्रेस पार्टी के उम्मीदवार रवनीत सिंह बिट्टू को बुलाकर उन्हें सम्मानित किया गया। साथ ही व्यापारियों ने अपनी मुश्किलों के बारे में भी रवनीत सिंह बिट्टू को जागरूक करवाया और बिट्टू ने भी व्यापारियों को भरोसा दिलाया कि उनकी समस्या का समाधान भी जल्द करवाया जाएगा। जी सिंह अमरजीत सिंह प्रेजिडेंट लुधियाना स्विंग मशीन इंडस्ट्री एसोसिएशन। अज साढ़े इतने रवनीत बिट्टू जी ने मीटिंग हुई, असी उन्होंने अपने दो तीन साढ़े जोड़े काम रुके हुए ने उन्होंने बारे दसिया। एक तो साढ़े वैट फंड की वड्डी वड्डी प्रॉब्लम है, बहुत पैसा साढ़ा छोटी जी ट्रेड का रुकया होया। एक साडा स्विंग मशीन लाइन जो डिवेलपमेंट है वो बारे उन्होंने गल रिक्वेस्ट की भी सानू ये किमें कोई सहूलत चाहिए बाहरों, जिमें सानू इंपोर्ट होंगी है मशीन चाइना तो ਉਹਦੀ ਕੋਈ ਐਸੀ ਕੋਈ ਡੰਪਿੰਗ ਸਕੀਮ ਬਣੇ ਵੀ ਜਿਹਨਾਂ ਜਿਹੜੀ ਯੂਜ਼ਡ ਮਸ਼ੀਨ ਉੱਥੋਂ ਨਾ ਇੰਪੋਰਟ ਹੋਵੇ, ਜਿਹੜੀ ਸਾਡੀ ਇੰਡਸਟਰੀ 'ਤੇ ਕਾਫੀ ਫਰਕ ਪਾ ਰਹੀ ਹੈ ਅਤੇ ਸਾਡੀ ਇੰਡਸਟਰੀ ਮਾਈਨਸ ਵੱਲ ਜਾ ਰਹੀ ਹੈ। ਅਤੇ ਇੱਕ ਸਾਡੇ ਲੱਕੜ ਬਾਜ਼ਾਰ ਦੇ ਵਿੱਚ ਇਨਫਰਾਸਟ੍ਰਕਚਰ ਦੀ ਬੜੀ ਵੱਡੀ ਪ੍ਰੋਬਲਮ ਹੈ ਵੀ ਇੱਥੇ ਪਾਣੀ ਬਹੁਤ ਰੁਕ ਜਾਂਦਾ ਬਰਸਾਤ ਵਿੱਚ, ਅਸੀਂ ਉਹਦੇ ਬਾਰੇ ਵੀ ਉਹਨਾਂ ਨੂੰ ਰਿਕੁਐਸਟ ਕੀਤੀ ਅਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਵਾਇਆ ਵੀ ਆਫਟਰ 1 ਮੰਥ ਇਹ ਸਾਰਾ ਕੁਛ ਇਨਫਰਾਸਟ੍ਰਕਚਰ ਵੱਲ ਸੇ ਜੋ ਨਕਸ਼ੇ ਪਾਸ ਹੋਏ ਨੇ ਜੋ ਵੀ ਚੀਜ਼ਾਂ ਹੈਗੀਆਂ ਕਾਰਪੋਰੇਸ਼ਨ ਨੇ ਪਾਸ ਕੀਤੀਆਂ ਉਹ ਕੰਮ ਸਟਾਰਟ ਹੋ ਜਾਊਗਾ। ਸਾਡਾ ਦੇਖੋ ਬਿੱਟੂ ਜੀ ਅਤੇ ਬਿੱਟੂ ਜੀ ਦਾ ਏਜੰਡਾ ਤਾਂ ਕਲੀਅਰ ਹੈ, ਉਹ ਇਸ ਵੇਲੇ ਨਵਾਂ ਦਿੱਕਤਾਂ ਸੁਣਨ ਦਾ ਟਾਈਮ ਹੈ, ਉਹਦੇ ਵੋਟਾਂ ਵਾਲਾ ਟਾਈਮ ਹੈ ਇਸ ਵੇਲੇ, ਉਹਦੇ ਆਪਣੀ ਕੰਪੇਨਿੰਗ ਅਸੀਂ ਉਹਨਾਂ ਦਾ ਵੈਲਕਮ ਕੀਤਾ, ਕੋਈ ਐਸੀ ਗੱਲ ਨਹੀਂ। ਅਤੇ ਅਸੀਂ ਚਾਹੁੰਦੇ ਹਾਂ ਕਿ ਚਲੋ ਬੜੀ ਅੱਛੀ ਭਾਰੀ ਬਹੁਤ ਨਾਲ ਜਿੱਤਣ ਵੀ, ਲੇਕਿਨ ਸਿਲਾਈ ਮਸ਼ੀਨ ਉਦਯੋਗ ਦੀ ਦਿੱਕਤਾਂ ਨਾਲ ਵੀ ਉਹਨਾਂ ਨੂੰ ਰੂਬਰੂ ਕਰਾਇਆ, ਜਿਹੜੀ ਸਾਲਾਂ ਤੋਂ ਦਿੱਕਤਾਂ ਚੱਲੀ ਆ ਰਹੀਆਂ, ਵੈਟ ਦੀ ਦਿੱਕਤ, ਲੱਕੜ ਬਾਜ਼ਾਰ ਦੇ ਪਾਣੀ ਦੀ ਦਿੱਕਤ, ਲੱਕੜ ਬਾਜ਼ਾਰ ਦੀ ਸੜਕਾਂ ਦੀ ਦਿੱਕਤ, ਇਨਫਰਾਸਟ੍ਰਕਚਰ ਦੀ ਦਿੱਕਤ, ਅਤੇ ਵੈਟ ਕਰੋੜਾਂ ਰੁਪਏ ਦਾ ਰਿਫੰਡ ਜਿਹੜਾ ਹੈਗਾ ਸਿਲਾਈ ਮਸ਼ੀਨ ਉਦਯੋਗਿਆਂ ਦਾ ਜਿਹੜਾ ਹੈ ਸਰਕਾਰ ਕੋਲ ਫਸਿਆ ਹੋਇਆ, ਸਟੇਟ ਗੌਰਮੈਂਟ ਵੇਲੇ ਦਾ, ਮੈਂ GST ਦੀ ਹਾਲੇ ਗੱਲ ਹੀ ਨਹੀਂ ਕੀਤੀ। ਪੁਰਾਣਾ ਵੈਟ ਜਿਹੜਾ 5-5 ਸਾਲ ਪੁਰਾਣਾ, ਕਰੋੜਾਂ ਰੁਪਏ ਦਾ ਵੈਟ ਹੈ, ਲੋਕਾਂ ਦੀ ਕੈਪੀਟਲ ਜਿਹੜੀ ਹੈ ਉਹ ਗੌਰਮੈਂਟ ਦੇ ਕੋਲ ਖਾਤਿਆਂ 'ਚ ਪਈ ਹੈ, ਅੱਜ ਕੈਪੀਟਲ ਹੀ ਅਗਰ ਗੌਰਮੈਂਟ ਸੰਭਾਲ ਕੇ ਬਹਿ ਜਾਏਗੀ ਕੰਮ ਅਗਲਾ ਕੀ ਕਰੇਗਾ। ਬਿੱਟੂ ਜੀ ਨੂੰ ਵਾਰ ਵਾਰ ਜਿਹੜੀ ਹੈ ਇਸ ਗੱਲ ਤੋਂ ਚਿਤਾਇਆ ਔਰ ਇਹਨਾਂ ਨੂੰ ਉਹ ਵਾਅਦਾ ਕਰਕੇ ਗਏ ਨੇ, ਰਿਜ਼ਲਟ ਹੁਣ ਆਉਣ 'ਤੇ ਪਤਾ ਲੱਗੇਗਾ ਕੀ। ਕਈ ਵਾਰੀ ਮਿਲ ਚੁੱਕੇ ਜੀ ਅਫਸਰ, ਇੱਕ ਵਾਰੀ ਨਹੀਂ ਕਈ ਸੈਕਿੰਡੋ ਵਾਰੀ ਮੀਟਿੰਗਾਂ ਕਰ ਚੁੱਕੇ ਹਾਂ ਔਰ ਸਟੇਟ ਲੈਵਲ ਤੱਕ ਮੀਟਿੰਗਾਂ ਹੋ ਚੁੱਕੀਆਂ, ਜੁਆਇੰਟ ਕਮਿਸ਼ਨ ਸਾਹਿਬ ਨਾਲ, ਕਮਿਸ਼ਨ ਸਭ ਨਾਲ ਮੀਟਿੰਗਾਂ ਹੋ ਚੁੱਕੀਆਂ, ਲੇਕਿਨ ਰਿਜ਼ਲਟ ਜਿਹੜਾ ਹੈ ਉਹਦਾ ਬਹੁਤ ਹੀ ਸਲੋ ਆ ਰਿਹਾ ਉਹਦਾ।